ਥੱਲੇ ਹੈਗੀ 20 ਦੀ ਤੇ ਉੱਤੇ ਹੈਗੀ 11 ਦੀ ਵਾਹ ਚੈੱਕ ਕਰੋ ਤੁਸੀਂ ਚੱਲਦੀ ਵੀ ਵਾਹ ਬਹੁਤ ਦਿਨ ਬਾਅਦ ਇਹਨੂੰ ਡਾਲ ਕੇ ਤੇ ਕਰਦੇ ਆ ਗਾਈਸ ਆਈ ਹੋਪ ਤੁਸੀਂ ਸਾਰਿਆਂ ਨੇ ਘੈਂਟ ਹੋ ਗਏ ਸੋ ਗਾਈਸ ਆਪਾਂ ਫਾਈਨਲੀ ਲੈ ਕੇ ਆਏ ਹਾਂ ਬਰੇਲੀ ਡੋਰ ਪਾਕਿਸਤਾਨੀ ਡੋਰ ਹੈ ਇਹ 16 ਤਰੀ ਡੋਰ ਗਾਈਸ ਇੱਦਾਂ ਕਰਦੇ ਆ ਰਿਵਿਊ ਇਹਦੀ ਅਨਬੋਕਸਿੰਗ ਕਰਦੇ ਹਾਂ ਖੋਲ ਕੇ ਗਾਈਸ ਡੋਰ ਬਹੁਤ ਮੋਟੀ ਹੈ 16 ਤਰੀ ਡੋਰ ਆ ਇਹ ਮੈਨੂੰ ਮਿਲੀ 1000 ਰੁਪਏ ਦੀ ਜਿਸ ਤਰ੍ਹਾਂ ਕਿ ਤੁਸੀਂ ਪਿਛਲੇ ਵਲੋਗ 'ਚ ਤਾਂ ਵੇਖ ਹੀ ਲਿਆ ਹੋਣਾ ਹੁਣ ਇਹਨੂੰ ਡਾ ਕੇ ਅਤੇ ਗਾਈਸ ਅੱਜ ਚੱਲਦੀ ਵੀ ਹਵਾ ਬਹੁਤ ਦਿਨ ਬਾਅਦ ਇਹਨੂੰ ਡਾ ਕੇ ਅਤੇ ਕਰਦੇ ਹਾਂ ਚੈੱਕ ਗਾਈਸ ਕਰੋ ਚੈੱਕ ਇਹ ਡੋਰ ਗਾਈਸ ਉਹ ਕਾਫੀ ਮੋਟੀ ਹੈ ਨਾਲੇ ਵਧੀਆ ਡੋਰ ਇਹਨੂੰ ਗਾਈਸ ਡਾ ਕੇ ਤੇ ਕਰਦੇ ਹਾਂ ਚੈੱਕ ਲੈਟਸ ਗੋ ਓਕੇ ਪਿੱਛੇ ਥੋੜ੍ਹੀ ਸੋ ਗਾਈਸ ਤਿੰਨ ਤਵਾ ਗੁੱਡਾ ਮੈਂ ਡਾਲ ਲੱਗਾ ਵਾ ਉਹ ਵੀ ਤਿੰਨ ਤਵੇ ਪਿੱਛੇ ਲਿਆਉਂਦੇ ਨੇ ਦੇਖੋ ਪਾਕਿਸਤਾਨੀ ਕਾਡਾ ਉਹ ਵੀ ਮੈਂ 10-12 ਪੀਸ ਲੈ ਗਿਆ ਸੀ ਅਤੇ ਚਲੋ ਗਾਈਸ ਇਹਨੂੰ ਡਾ ਕੇ ਤੇ ਕਰਦੇ ਹਾਂ ਚੈੱਕ ਨਾਲੇ ਡਰਨੇ ਆ ਹੁੱਕਿਆ ਦਾ ਗੁੱਡਾ ਇਹ ਤੋਂ ਬਾਅਦ ਚੱਲ ਚਲੋ ਗਾਈਸ ਹੁਣ ਇਹਨੂੰ ਡਾ ਕੇ ਅਤੇ ਕਰਦੇ ਹਾਂ ਚੈੱਕ ਡੋਰ ਵਧੀਆ ਕਿ ਨਹੀਂ ਗਾਈਸ ਅੱਜ ਬਹੁਤ ਦਿਨ ਬਾਅਦ ਚੱਲੀ ਹਵਾ ਅਤੇ ਮੈਨੂੰ ਮੇਰਾ ਕੈਮਰਾਮੈਨ ਥੱਲੋਂ ਲੈ ਗਿਆ ਵਾ ਕਹਿੰਦਾ ਹਵਾ ਚੱਲ ਪਈ ਚੱਲ ਆ ਗੁੱਡਾ ਡਾਈਏ ਚਲੋ ਗਾਈਸ ਹੋ ਗਿਆ ਸਾਡਾ ਗੁੱਡਾ ਭਾਰਾ ਹੁਣ ਇਹਨੂੰ ਦਈਏ ਡਾ ਨਾਲੇ ਕਰੀਏ ਡਰਾਈ ਡੋਰ ਪਾਕਿਸਤਾਨੀ ਡੋਰ ਵਧੀਆ ਹੈ ਕਿ ਕਾਫੀ ਹਲਕਾ ਰਹਿ ਗਿਆ ਫਿਰ ਵੀ ਗੁੱਡਾ ਹੈਨਾ ਲਾਈਫ ਡੋਰ ਤੁਸੀਂ ਚੈੱਕ ਕਰ ਸਕਦੇ ਕਿੱਡੀ ਮੋਟੀ ਹੈ ਲਾਇਆ ਵੇਖ ਹੁਣੇ ਹੁਣੇ ਛੱਲਾ ਜਾਂਦਾ ਦਿਖਾਈ ਡੋਰ ਵਾਲਾ ਛੱਲਾ ਚਲੋ ਨਿਕਲੇ ਨਿਕਲੇ ਉਹ ਕੋਈ ਵੱਢ ਕੇ ਆਈ ਸੋ ਗਾਇਕ ਸਾਡੀ ਇੱਕ ਗੁੱਡੀ ਵੱਢੀ ਗਈ ਹੈ ਹੁਣ ਆਪਾਂ ਦੂਜਾ ਗੁੱਡਾ ਡਾ ਕੇ ਟਰਾਈ ਕਰਦੇ ਹਾਂ ਹੋਰ ਉਹ ਅੱਗੋ ਵੇਖ ਚਲੋ ਗਾਇਕ ਕਰਦੇ ਹਾਂ ਗੱਟੂ ਦੇ ਵਧੀਆ ਹੋਇਆ ਡੋਰ ਬਾਬਾ ਮਜ਼ਬੂਤ ਹੈ ਪਰ ਗੱਟੂ ਅੱਗੇ ਕੀ ਦਾ ਜ਼ੋਰ ਚੱਲਣਾ ਕਿਉਂਕਿ ਸਾਰਿਆਂ ਕੋਲ ਗੱਟੂ ਆ ਆਪਾਂ ਫਿਰ ਵੀ ਇੱਥੇ ਡਾਲੀ ਗੁੱਡੀ ਜੋ ਮਰਜ਼ੀ ਹੋਏਗਾ ਇਸ ਕਰਦੀ ਹੈ ਬੰਦ ਗੱਟੂ ਹੈ ਹੀ ਨਹੀਂ ਉਹ ਮੁੰਡਾ ਕਹਿੰਦਾ ਗੱਟੂ ਦਾ ਡਾਓ ਗੱਟੂ ਤਾਂ ਨਹੀਂ ਡਾਣੀ ਹੈਗੀ ਪਰ ਆਪਾਂ ਗੱਟੂ ਨਾ ਹੈ ਆਪਣੇ ਕੋਲ ਤਾਂ ਆਪਾਂ ਇੱਥੇ ਹੀ ਡਾਣੀ ਹੈ ਓਕੇ ਸੋ ਗਾਇਜ਼ ਜਿੱਦਾਂ ਤੁਹਾਨੂੰ ਪਤਾ ਸੀ ਆਪਾਂ ਅੱਗੇ ਤਾਂ ਤਿੰਨ ਦਾ ਵਾ ਤਾਂ ਉਹ ਹੋ ਗਿਆ ਵੱਢਿਆ ਗਿਆ ਮੈਨੂੰ ਹੁਣ ਮੈਂ ਕਿਹਾ ਛੋਟਾ ਗੁੱਡਾ ਡਾ ਕੇ ਤਾਂ ਉੱਥੇ ਵੇਚ ਲੈਂਦੇ ਹਾਂ ਫਾਦੀ ਡੋਰ 'ਤੇ ਕੀ ਪਤਾ ਗੁੱਡੇ ਵੱਢੇ ਚਲੋ ਗਾਇਜ਼ ਲੋ ਗਾਇਸ ਫੋਟ ਹੈ ਸਾਡਾ ਗੁੱਡਾ ਹੁਣ ਇਹਦੇ ਨਾਲ ਵੇਚਦੇ ਹਾਂ ਖਿੱਚੀ ਫੇਰ ਕੇ ਵੇਚਦੇ ਹਾਂ ਕਿਸੇ ਜਾਂ ਪੇਚਾ ਹੀ ਲਾਵਾਂਗੇ ਪੇਚਾ ਹੀ ਪੇਚਾ ਹੀ ਲਾਓ ਕਿਉਂਕਿ ਖਿੱਚ ਮਾਰੀ ਅਤੇ ਚਲੋ ਗਾਇਸ ਲਾਉਂਦੇ ਹਾਂ ਪੇਚਾ ਫਿਰ ਤਾਂ ਗੇਟ ਉੱਤੇ ਇੱਕ ਵਾਰੀ ਓਏ 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 ਪੇਚਾ ਲੱਗ ਗਿਆ ਚਾਵੇ ਹੈਗਾ ਜੀ ਮੇਰਾ ਕਿੱਧਰ ਵੇਖਣੇ ਆ ਪੇਚਾ ਹੀ ਨਹੀਂ ਦੇਖ ਰਿਹਾ ਕਿੱਥੇ ਚੱਲ ਗਿਆ ਗੁੱਡਾ
ਆ ਰਿਹਾ ਆਪੀ ਕਰਨ ਵਾਲਾ ਗਾਇਕ ਦੇ ਗੁੱਡਾ ਵੱਡੇ ਹੋਇਆ ਤਾਂ ਗੇਟ ਹੋਣ ਨਾਲ ਓਏ ਓਏ ਆਪਣਾ ਵੀ ਚੱਲੇ ਫੇਰ ਇਹ ਜਾਂਦਾ ਗੁੱਡਾ ਲੈ ਆ ਗਿਆ ਇੱਧਰ ਲੈ ਆ ਗਿਆ ਕੈਮਰਾ ਹੋਰ ਲਮਕ ਗਿਆ ਗੁੱਡਾ ਭਾਵੇਂ ਵੀ ਨਾਲ ਲੈ ਹੱਡੀ ਵੀ ਲੈ ਜਾਣਾ ਤੂੰ ਚੱਕਰੀ ਫੜ ਕੇ ਰੱਖ ਬਹੁਤ ਥੱਲੇ ਕਰਕੇ ਚੱਕਰੀ ਕਾ ਫੜੇ ਚੱਕਰੀ ਫੜ ਚੱਕਰੀ ਫੜ ਕੇ ਰੱਖ ਚੱਕਰੀ ਦਾ ਫੜੀ ਆ ਆ ਚੱਕਰੀ ਲਿਆ ਲੱਥੇ ਗੁੱਡਾ ਹੈਗਾ ਇਹ ਵੀ ਹੈਗਾ ਵਾ ਉਹ ਗਾਇਕ ਮੈਨੂੰ ਗਾਈਡ ਕਰਦਾ ਪਿਆ ਵਾ ਗੁੱਡਾ ਲੱਭਦਾ ਪਿਆ ਆਪਣਾ ਕਿ ਨਹੀਂ ਗੁੱਡਾ ਹੋ ਰਿਹਾ ਉਹ ਗਾਇਕ ਦੇ ਇੱਕ ਗੁੱਡਾ ਫਾਈਵ ਐਕਸ ਤੇ ਵੀ ਨਹੀਂ ਲੱਭਦਾ ਚੱਕਰੀ ਉੱਤੇ ਗਿਆ ਜਿਹੜਾ ਘੁੰਮ ਰਿਹਾ ਥੱਲੇ ਨੂੰ ਜਾਂਦਾ ਵੱਡਾ ਗੁੱਡਾ ਵੜਦਾ ਹੁਣ ਤੀਆਂ ਵਾਲਾ ਜਿਹੜਾ ਮਾਰ ਦੋ ਕਮੇਰੀ ਇੱਥੇ ਫਿਰ ਪਰ ਪੇਚਾ ਤੇ ਲੱਭਦਾ ਹੀ ਨਹੀਂ ਪਿਆ ਗਿਆ ਗਾਇਕ ਦੋ ਗੁੱਡੇ ਵੜਤੇ ਆਪਾਂ ਰੱਖੜੀ ਉੱਤੇ ਹੋਰ ਗਾਇਕ ਆਪਾਂ ਥੋੜੇ ਗੁੱਡੇ ਡਾਲੀ ਉਹ ਤੋਂ ਬਾਅਦ ਜਦੋਂ ਅਗਲਾ ਗੁੱਡਾ ਮੈਂ ਨੈਕਸਟ ਦਵਾਂਗਾ ਫਿਰ ਮੈਂ ਤੁਹਾਨੂੰ ਦਿਖਾਵਾਂਗਾ ਹੁਣ ਗਾ ਗਾਇਕ ਜੇ ਘੋਰ ਪੇਚਾ ਜਾ ਰਿਹਾ ਹੁਣ ਉਹ ਵੱਡੇ ਆ ਗਿਆ ਬਾਹਰ ਕੀ ਘੁਮਾ ਲੈ ਉਹ ਗਾਇਕ ਉਹਨੇ ਗੁੱਡਾ ਵੜਤਾ ਵਾ ਇਹ ਧੱਕਾ ਹੀ ਧੱਕਾ ਸਟਾੜੇ ਗਾਇਕ ਵੀ ਧੱਕਾ ਹੀ ਹੋਣ ਗਏ ਭਾਈ ਧੱਕਾ ਨਾ ਕਰੋ ਵੀਰ ਜੀ ਧੱਕਾ ਨਾ ਕਰੋ ਵੀਰ ਜੀ ਵੱਡਾ ਗੁੱਡਾ ਆ ਦੇ ਚਲੋ ਗਾਇਕ ਨੈਕਸਟ ਗੁੱਡਾ ਡਾਲਨੇ ਫਿਰ ਤੁਹਾਨੂੰ ਦਿਖਾਉਂਦੇ ਆ ਸੋ ਗਾਇਕ ਫੜਾ ਜਿੱਤਾ ਤੁਹਾਨੂੰ ਪਤਾ ਅੱਗੇ ਨਿੱਕਾ ਗੁੱਡਾ ਵੱਡਿਆ ਗਿਆ ਸੀ ਪੀਲੇ ਵਾਲਾ ਹੁਣ ਮੈਂ ਆਪਣੇ ਕੈਮਰਾਮੈਨ ਨੂੰ ਦਿੱਤਾ ਵਾ ਗੁੱਡਾ ਡਾਲਨ ਨੂੰ ਮੈਂ ਕਿਹਾ ਹੁਣ ਤੂੰ ਡਾ ਕੇ ਵੇਚ ਰੱਖੀ ਤੇ ਕਹਿੰਦਾ ਮੈਂ ਵੀ ਡਾਣਾ ਵਾ ਮੈਂ ਕਿਹਾ ਤੂੰ ਡਾ ਕੇ ਵੇ ਗੁੱਡਾ ਭਾਰਾ ਕਰ ਲਾ ਏ ਹਲਕਾ ਗੁੱਡਾ ਗੁੱਡਾ ਲਾ ਕੇ ਭਾਰਾ ਕਰ ਗਾਇਕ ਸੁਭਾਅ ਤੁਸੀਂ ਚੈੱਕ ਕਰੋ ਕਿਆ ਬਾਤ ਆ ਕੈਮਰਾਮੈਨ ਨੇ ਮੇਰੇ ਗਾਇਕ ਗੁੰਝਲ ਕੱਢ ਕੇ ਆਪਾਂ ਗੁੱਡਾ ਡਾਤਾ ਤੁਸੀਂ ਦੇਖ ਸਕਦੇ ਕਿੰਨੀ ਅੱਗੇ ਜਾ ਰਿਹਾ ਹੁਣ ਲਵਾਂਗੇ ਪੇਚਾ ਇਹਦੇ ਨਾਲ ਗੁੱਡੇ ਨਾਲ ਆ ਉੱਪਰ ਇੱਕ ਗੁੱਡਾ ਹੈਗਾ ਇਹਦੇ ਨਾਲ ਜਾਏਗਾ ਸਾਡਾ ਪੇਚਾ ਕੈਮਰਾਮੈਨ ਤਾਂ ਤਾਂ ਕਰਕੇ ਡਾ ਗੁੱਡਾ ਹਾਂ ਲਿਆ ਕੈਮਰਾਮੈਨ ਲਿਆ ਲੋ ਗਾਇਕ ਸੁਣ ਮੈਂ ਲਾਉਣਾ ਪੇਚਾ ਗੁੱਡਾ ਵਿਖਾਉਣਾ ਜੀ ਮੈਂ ਵੱਢੂੰਗਾ ਓਕੇ ਆ ਫਿਰ ਡੈਡੀ ਨੂੰ ਵੀ ਐ ਉਂਗਲੀ ਵਿਖਾਨਾ ਹੁੰਦਾ ਵਿੱਚ ਡੈਡੀ ਨੂੰ ਵੀ ਐ ਉਂਗਲੀ ਵਿਖਾਨਾ ਵਾ ਜਦੋਂ ਫੋਨ ਫੜਾਉਂਦਾ ਵਾ ਕਹਿੰਦਾ ਚੱਲਾ ਹੀ ਨੀ ਦਿੰਦਾ ਥੱਲੇ ਪੇਚਾ
ਤਰੱਕੜੀ ਸਿੱਧੀ ਕਰੋ ਆਪਣਾ ਗੁੱਡਾ ਕਿੱਥੇ ਆ ਹੁਣ ਤੇ ਕੈਮਰੇ ਚ ਵੀ ਲੱਭਦਾ ਪਿਆ ਹੋ ਰਿਹਾ ਪੂਰੀ ਧੁੰਦ ਚ ਪੈ ਗਿਆ ਦਾ ਸੋ ਗਾਇਜ਼ ਜਿੱਦਾਂ ਤੁਹਾਨੂੰ ਪਤਾ ਮੈਂ ਗੁੱਡੇ ਗਾਡੇ ਡਾਏ ਹੁਣ ਆਪਾਂ ਪੰਜ ਛੇ ਗੁੱਡੇ ਵੱਡੇ ਅੱਗੇ ਮੋਟੀ ਆ ਗਈ ਨਹੀਂ ਤੇ ਤੁਹਾਨੂੰ ਮੈਂ ਵਿਖਾਣਾ ਸੀ ਕਿ ਗੁੱਡਾ ਕਿਤਰਾ ਆਪਾਂ ਤਿੰਨ ਚਾਰ ਗੁੱਡੇ ਵੱਡੇ ਉਹਨੇ ਵਾਲਾ ਬਣਾਈ ਵੀਡੀਓ ਵਧੀਆ ਬਣੀ ਆ ਵੇਖੋ ਹੱਥ ਵੀ ਪਾੜ ਗਏ ਮੇਰੇ ਸਾਰੇ ਗਾਇਜ਼ ਜੇ ਵਲੋਗ ਵਧੀਆ ਲੱਗੇ ਨਾ ਲਾਈਕ ਕਮੈਂਟ ਸ਼ੇਅਰ ਕਰ ਦਿਓ ਬਾਏ ਬਾਏ ਥੈਂਕ ਯੂ।